गुरदासपुर के मकेरिया के रोड पिंड झावा के नज़दीक एक टिप्पर बेकाबू हो गया, जिस नाल बहुत सारे दुकानदार अते रेहड़ी चालक गंभीर रूप से जख्मी हो गए, जिन्हों दो लोगों की मौत हो गई अते तीन लोग जख्मी हो गए, जिन्हों गुरदासपुर के सरकारी हस्पताल दाखिल करवाया गया। सुखजिंदर भाई की घटना हुई भाई? भाई तेज़ रफ्तार ट्रक जी, उन्हें जोड़े बंद रेहड़ियाँ लागे खाण पीने वाले बंदे जी, उन्होंने उत्ते कंट्रोल ही नहीं हो बंद तो जी, उन्हें इदा चाड़ता जी। वह नशा पता किया बंद ने, कोई लोड गड्डी चाड़ी है उन्होंने बंद ने, खड़े सड़क तो थले खड़े बंद जो उदा भी जा रहे उन्होंने नाले लै गया जी। भाई तीन जी, वो बच गया मुंडा जी? नहीं नहीं नहीं, एक प्लास्टिक वाले की डैथ हुई है, एक आइसक्रीम वाला, दो दे मेरे ना आए ना, एक प्लास्टिक वाला तक आ जा, दो डेथ हो गई। तीन फटर, तीन फटर, तीन फटर, दो मर गए। हादसे का कारण लापरवाही ट्रक? लापरवाही भाई, उत्थे तराई पैंदी आ, तराई पैंदी, उत्थे स्पीड ब्रेकर चाहिए, उत्थे है नहीं, कंट्रोल नहीं कोई भी करता भाई। ड्राइवर नूं लै गए भाई, उत्थे ड्राइवर नूं थाने छड्ड के फिर आए। चावे दे विच पिंड लमीन नूं जांदे जिहड़ा चौंक है उत्थे कुछ व्यक्ति खड़े सन, काफ़ी चौंक दे विच रश हुंदा, उत्थे मोमो रेहड़ी रूड़ी लगी हुंदी है, सो उस रेहड़ी दे उत्ते सारे हाँ उत्ते इकट्ठे होए सन। एक गुरदासपुर साइड तो टिप्पर जांदा और वो टिप्पर जा के सीधा विच जा के इहनां दे वजदा, तो दो व्यक्ति आंदे आंदे रस्ते च ब्रा डेड ਹੋਏ ਨੇ, ਉਹਨਾਂ ਦੀ ਆਉਂਦਿਆਂ ਦੇ ਮੌਤ ਹੋ ਗਈ। ਇੱਕ ਪੇਸ਼ੈਂਟ ਇਸ ਵੇਲੇ ਇੱਥੇ ਦਾਖਲ ਕੀਤਾ, ਉਹਦਾ ਸਾਰੇ ਡਾਕਟਰਾਂ ਦੀ ਟੀਮ ਆ ਗਈ ਹੈ, ਜਿੰਨੇ ਵੀ ਸਪੈਸ਼ਲਿਸਟ ਨੇ ਡਾਕਟਰ ਉਹ ਸਾਰੇ ਆ ਗਏ ਨੇ ਅਤੇ ਉਹਦਾ ਇਲਾਜ ਕਰ ਦਿੰਦੇ ਨੇ। ਡਰਾਈਵਰ ਦੀ ਲਾਪਰਵਾਹੀ ਨਾਲ ਹੋ ਸਕਦਾ, ਕਿਉਂਕਿ ਜੇ ਦੁਕਾਨਾਂ ਦੇ ਵਿੱਚ ਜਾ ਕੇ ਵੱਜਿਆ ਜਾਂ ਰੇਹੜੀ ਦੇ ਵਿੱਚ ਜਾ ਕੇ ਵੱਜਿਆ ਅਤੇ ਜਾਣ ਡਰਾਈਵਰ ਸ਼ਰਾਬੀ ਹੋਏਗਾ ਜਾਂ ਉਹ ਝਟਕਾ ਲੱਗੇਗਾ ਉਹਨੂੰ, ਉਹ ਡਰਾਈਵਰ ਦੀ ਅਣਗਹਿਲੀ ਦੇ ਨਾਲ ਸਾਰਾ ਹਾਦਸਾ ਹੋਇਆ। ਸਾਡੇ ਚਾਵੇ ਨਜ਼ਦੀਕ ਨਵੀਨ ਕਰਾਲ ਰੋਡ 'ਤੇ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ ਟਿੱਪਰ ਵਾਲਾ ਜਾ ਰਿਹਾ ਸੀ ਅਤੇ ਇਹਦੇ ਆਊਟ ਆਫ ਕੰਟਰੋਲ ਹੋਣ ਕਰਕੇ ਸ਼ਾਇਦ ਜਿਹੜੀ ਇਹਨੇ ਐਕਸੀਡੈਂਟ ਕੀਤਾ, ਜਿਹਦੇ ਵਿੱਚ ਦੋ ਆਦਮੀਆਂ ਦੀ ਡੈਥ ਹੋ ਗਈ, ਇੱਕ ਇੰਜਰਡ ਹੈ ਜੀ। ਬਾਕੀ ਆਪਾਂ ਸਿਵਲ ਹਸਪਤਾਲ ਵੀ ਚੈੱਕ ਕਰਦੇ ਹਾਂ, ਜੋ ਵੀ ਫਰਦਰ ਜੋ ਵੀ ਸਾਹਮਣੇ ਆਉਂਦੀ ਗੱਲ। ਕੁਛ ਲੋਕ ਫਸੇ ਵੀ ਆ ਸਰ ਥੱਲੇ ਟਿੱਪਰ ਕੱਢਦੇ? ਨਹੀਂ ਹੁਣ ਹੁਣ ਕੋਈ ਨਹੀਂ ਹੈਗਾ, ਤਿੰਨ ਹੀ ਟੋਟਲ, ਤਿੰਨ ਹੀ, ਇਹਨਾਂ 'ਚ ਦੋ ਦੀ ਡੈਥ ਵੀ, ਇੱਕ ਇੰਜਰਡ ਹੈ ਜੀ ਹਸਪਤਾਲ 'ਚ। ਅੱਛਾ, ਦੋ ਡੈਥ ਹੋਏ, ਫਟਰ ਇੱਕ ਹੋਇਆ? ਇੱਕ ਫਟਰ ਹੋਇਆ। ਹਾਂਜੀ, ਇਸ ਤਰ੍ਹਾਂ ਕਿ ਸਾਡੇ ਗੁਰਦਾਸਪੁਰ ਤਿਪਰੀ ਕੰਡ ਦਾ ਏਰੀਆ ਹੈਗਾ, ਜਦੋਂ ਅਸੀਂ ਮੁਕੇਰੀਆਂ ਸਾਈਡ ਨੂੰ ਜਾਂਦੇ ਹਾਂ ਤਿਪਰੀ ਕੰਡ ਨੂੰ ਕ੍ਰੋਸ ਕਰਕੇ, ਉੱਥੇ ਇੱਕ ਟਿੱਪਰ ਬਹੁਤ ਜ਼ਿਆਦਾ ਓਵਰ ਸਪੀਡ ਸੀਗਾ ਅਤੇ ਸੜਕ ਦੇ ਬਿਲਕੁਲ ਕਿਨਾਰੇ ਕੁਛ ਰੇਹੜੀ ਵਾਲੇ ਸੀਗੇ ਖੜ੍ਹੇ ਹੋਏ ਅਤੇ ਉਹਨਾਂ ਦੇ ਉੱਪਰ ਮਤਲਬ ਟਿੱਪਰ ਨੇ ਓਵਰਟੇਕ ਕਰ ਲਿਆ, ਔਰ ਜੋ ਹੁਣ ਇਨਫੋਰਮੇਸ਼ਨ ਮਿਲੀ ਹੈ, ਦੋ ਬੰਦੇ ਸੀਗੇ ਜਿਹੜੇ, ਇੱਕ ਬੰਦਾ ਰਾਜਸਥਾਨ ਦਾ ਸੀ ਅਤੇ ਇੱਕ ਸਾਡਾ ਲੋਕਲ ਗੁਰਦਾਸਪੁਰ ਦਾ ਸੀਗਾ, ਉਹ ਬ੍ਰੌਟ ਡੈੱਡ ਡਿਕਲੇਅਰ ਹੋ ਗਏ ਨੇ ਅਤੇ ਦੋ ਬੰਦੇ ਨੇ ਉਹ ਬਹੁਤ ਜ਼ਿਆਦਾ ਸੀਰੀਅਸ ਹੈ ਅਤੇ ਇੱਕ ਪਰਸਨ ਨੂੰ ਸਿਟੀ ਸਕੈਨ ਵਾਸਤੇ ਭੇਜ ਦਿੱਤਾ ਹੈਗਾ ਅਤੇ ਇੱਕ ਪਰਸਨ ਨੂੰ ਹੁਣ ਆਪਾਂ ਦੇਖ ਕੇ ਵੀ ਆਏ ਹੈਗੇ ਹਾਂ, ਹੈਡ ਇੰਜਰੀ ਕਾਫੀ ਜ਼ਿਆਦਾ ਹੈਗੀ ਹੈ ਅਤੇ ਬਾਕੀ ਦੇਖੋ ਡਾਕਟਰਸ ਆਪਣੀ ਸਾਰੀ ਟੀਮ ਲੱਗੀ ਹੋਈ ਹੈ, ਸਿਵਲ ਸਰਜਨ ਡਾਕਟਰ ਸਾਹਿਬ ਆਪਣੇ, SMO ਡਾਕਟਰ ਚੇਤਨਾ, ਡਾਕਟਰ ਰੋਮੀ ਸਭ ਇੱਥੇ ਹੈਗੇ ਨੇ। ਲੋਕ ਫਸੇ ਹੋਏ ਕੱਢ ਲੈ ਗਏ ਨੀਚੇ ਜੀ, ਗੱਡੀਆਂ ਨੀਚੇ ਫਸੇ ਸੀ ਲੋਕ? ਹਾਂਜੀ, ਜਿਹੜੇ ਗੱਡੇ ਫਸੇ ਸੀ ਲੋਕ ਨੀਚੇ ਟਰਾਲੇ ਦੇ ਕੱਢ ਲੈ ਗਏ ਬਾਹਰ ਜੀ? ਹਾਂਜੀ ਹਾਂਜੀ, ਨਿਕਲ ਗਏ ਨੇ ਸਾਰੇ, ਹੁਣ ਕੋਈ ਅੰਦਰ ਨਹੀਂ ਹੈਗਾ, ਉਹ ਉਸੇ ਟਾਈਮ ਕੱਢ ਲਏ ਸੀਗੇ। ਹਾਂਜੀ ਹਾਂਜੀ।